ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਅਮਰਗੜ੍ਹ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਚੰਨਾ ਦੇ ਦਾਣਾ ਮੰਡੀ ਈਸੀ ਵਿਖੇ ਕਣਕ ਦੀ ਬੋਲੀ ਕਰਵਾ ਕੇ ਖਰੀਦ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਮਰਗੜ੍ਹ ਦੀਆਂ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਬਣਾਏ ਗਏ ਗੋਦਾਮਾਂ ਵਿੱਚ ਫਸਲ ਨਾ ਵੇਚੀ ਜਾਵੇ। ਅਮਰਗੜ੍ਹ ਤੋਂ ਰਣਜੀਤ ਮਣੀ ਦੀ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਅੱਜ ਬੋਲੀ ਸ਼ੁਰੂ ਕਰਵਾਈ ਹੈ ਈਸੀ ਮੰਡੀ 'ਚ। ਮਾਰਕੀਟ ਕਮੇਟੀ ਅਮਰਗੜ੍ਹ 'ਚ ਪੈਂਦੀ ਆ ਅਤੇ ਬੋਲੀ ਸਾਰੇ ਇੰਸਪੈਕਟਰ ਨੂੰ ਸੱਦ ਕੇ ਜੇ ਉਹਨਾਂ ਨੇ ਮੋਚਰ ਮੀਟਰ ਨਾਲ ਸਹੀ ਪਾਇਆ ਗਿਆ ਜਿਹੜਾ ਮਾਪ ਸੀਗਾ। ਅਤੇ ਉਦੋਂ ਬਾਅਦ ਇਹ ਆ ਵੀ ਕੋਈ ਇਹਦੇ 'ਚ ਸਾਰੇ ਪਾਸਾਂ ਨਾਲ ਬੋਲੀ ਹੋਊਗੀ ਇਹ, ਅਤੇ ਕੋਈ ਮੰਡੀ ਸਹੀ ਚੱਲੂਗੀ, ਕੋਈ ਦਿੱਕਤ ਨਹੀਂ ਆਉਣ ਦੇਵਾਂਗੇ। ਜਿਹੜੀ ਪੇਮੈਂਟ ਆ ਜੀ ਸੈਂਟਰ ਗੌਰਮੈਂਟ ਵੱਲੋਂ ਕਿਹਾ ਗਿਆ ਵੀ ਸਿੱਧੀ ਜਿਹੜੀ ਕਿਸਾਨ ਦੇ ਖਾਤੇ 'ਚ ਆਈ, ਉਹਦਾ ਕੀ ਹੋਏਗਾ ਜੀ? ਨਹੀਂ ਉਹਦਾ ਹਲੇ ਕੁਛ ਨਹੀਂ ਕਹਿ ਸਕਦੇ ਜੀ, ਹਲੇ ਉਹਦਾ ਚੱਲ ਰਿਹਾ ਗੱਲਬਾਤ ਵੀ ਕੀ ਹੋਊਗਾ, ਆਪਾਂ ਪਹਿਲਾਂ ਉਹਦੇ 'ਚ ਕੁਛ ਨਹੀਂ ਕਹਿ ਸਕਦੇ ਹਲੇ। ਆੜ੍ਹਤੀ ਸੀਗੇ ਉਹ ਵੀ ਹੜਤਾਲ 'ਤੇ ਸੀ ਜੀ, ਲੇਬਰ ਜੀ? ਨਹੀਂ ਉਹਦੇ ਨਾਲ ਪੰਜਾਬ ਸਰਕਾਰ ਨਾਲ ਹੋ ਗਿਆ ਜੀ, ਉਹਨਾਂ ਦਾ ਹਲੇ ਇਕੱਲੇ ਮੁੱਕ ਗਿਆ ਜੀ। ਅਤੇ ਕੈਪਟਨ ਸਾਹਿਬ ਨੇ ਭਰੋਸਾ ਦਵਾਇਆ ਵੀ ਇਹ ਜਲਦੀ ਤੋਂ ਜਲਦੀ ਇਹ ਮਸਲਾ ਹੱਲ ਹੋ ਜੂਗਾ। ਅਤੇ ਜਿਹੜੀਆਂ ਬਾਕੀ ਆਉਣ ਵਾਲੀਆਂ ਮੁਸ਼ਕਲਾਂ ਨੇ ਜੀ, ਉਹਨਾਂ ਦਾ? ਮੁਸ਼ਕਲ ਕੋਈ ਨਹੀਂ ਆਊਗੀ ਜੀ, ਲਿਫਟਿੰਗ ਵਗੈਰਾ ਜੀ ਸਭ ਕੁਛ ਓਕੇ ਆ ਜੀ, ਕੋਈ ਪ੍ਰੋਬਲਮ ਨਹੀਂ ਆਊਗੀ ਮੰਡੀ ਨੂੰ। ਕਿਸਾਨਾਂ ਨੂੰ ਜਿਹੜੀ ਪੇਮੈਂਟ ਆ ਉਹਦਾ ਜੀ? ਉਹਦਾ ਹਲੇ ਜੋ ਵੀ ਹੋਊਗਾ ਫੈਸਲਾ ਉਹਦੇ ਹਿਸਾਬ ਨਾਲ ਜੀ, ਉਹ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ। ਤੁਹਾਡਾ ਕੀ ਕਹਿਣਾ ਜੀ ਇਸ ਜਿਹੜੇ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਹੁਣ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਜੀ ਕਿਸਾਨਾਂ ਨੂੰ? ਦੇਖੋ ਜਿਹੜਾ ਮੋਦੀ ਸਰਕਾਰ ਨੇ ਜਿਹੜਾ ਸਿੱਧੀ ਅਦਾਇਗੀ ਦਾ ਕਰ ਰਹੀ ਹੈ, ਇਹਦੇ ਵਿੱਚ ਜਿਹੜਾ ਆੜ੍ਹਤੀ ਦੇ ਕਿਸਾਨ ਦਾ ਜਿਹੜਾ ਰਿਸ਼ਤਾ ਉਹਨੂੰ ਤਰੇੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਆੜ੍ਹਤੀ ਆ ਜਿਹੜਾ ਹੈ ਸਾਡਾ ਜ਼ਿਮੀਦਾਰਾਂ ਦਾ KTM ਹੈ, ਸਾਨੂੰ ਰਾਤ ਨੂੰ 12 ਵਜੇ ਲੋਡ ਪੈਂਦੀ ਆ, ਅਸੀਂ ਉਦੋਂ ਵੀ ਉਠਾ ਲੈਂਦੇ ਹਾਂ, ਦਿਨੇ ਲੋਡ ਹੁੰਦੀ ਆ ਜਾ ਕੇ ਲੈ ਆਉਂਦੇ ਹਾਂ। ਪੈਸੇ ਦੀ ਸਾਡਾ ਜਿਹੜਾ ਹੈਗਾ ਕਿ ਹਰ ਵੇਲੇ ਕਿਸੇ ਦੇ ਘਰ ਨਹੀਂ ਹੁੰਦਾ, ਕਿਸੇ ਦੇ ਬੈਂਕ 'ਚ ਨਹੀਂ ਹੁੰਦਾ, ਲੇਕਿਨ ਆੜ੍ਹਤੀ ਇਹੀ ਜੀ ਸਾਡੀ ਇੱਕ ਰਿਸ਼ਤੇ 'ਚ ਉਹਦੇ ਨਾਲ ਸਾਡੇ ਸੰਬੰਧ ਨੇ ਕਿ ਅਸੀਂ ਉਹਦੇ ਕੋਲੋਂ ਜਦੋਂ ਮਰਜ਼ੀ ਪੈਸਾ ਫੜ ਸਕਦੇ ਹਾਂ। ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਪੇਮੈਂਟ ਆ ਜਿਹੜੀ ਆੜ੍ਹਤੀਆਂ ਦੇ ਜ਼ਰੀਏ ਹੋਵੇ, ਕਿਉਂਕਿ ਆੜ੍ਹਤੀ ਜਦੋਂ ਆੜ੍ਹਤੀਆਂ ਦੇ ਕੋਲ ਪੇਮੈਂਟ ਆ ਜਾਂਦੀ ਹੈ ਇਹ ਸਾਡੇ ਖਾਤਿਆਂ 'ਚ ਪਾ ਦਿੰਦੇ ਨੇ, ਉਸ ਤੋਂ ਆਪਦੇ ਖਾਤਿਆਂ 'ਚੋਂ ਸਾਡੇ ਖਾਤਿਆਂ 'ਚ ਪਾ ਦਿੰਦੇ ਨੇ, ਕੋਈ ਦਿੱਕਤ ਅੱਜ ਤੱਕ ਨਹੀਂ ਆਈ ਹੈਗੀ। ਇਸ ਲਈ ਸਿੱਧੀ ਪੇਮੈਂਟ ਤੋਂ ਅਸੀਂ ਕਹਿੰਦੇ ਹਾਂ ਵੀ ਉਸ ਨਾਲ ਤਾਂ ਇਹ ਕਿਸਾਨ ਮਾਰੂ ਨੀਤੀ ਆ ਕਿ ਸਰਕਾਰ ਕਹਿੰਦੀ ਹੈ ਵੀ ਕੇਰਾਂ ਸਿੱਧੇ ਕਰ ਲਓ, ਫਿਰ ਉਹੀ ਕਾਰਪੋਰੇਟ ਅਧਾਰਿਆਂ ਨੂੰ ਦੇ ਦਿਓ। ਜਿਹੜੇ ਰਿਲਾਇੰਸ ਵੱਲੋਂ ਕੁਛ ਬਣਾਏ ਗਏ ਨੇ ਜੀ ਡਿਪੂ, ਉਹਨਾਂ ਦੇ ਵਿੱਚ ਕੁਛ ਕਿਸਾਨਾਂ ਵੱਲੋਂ ਕਣਕ ਸਿੱਟੀ ਜਾ ਰਹੀ ਹੈ, ਉਹਦੇ ਬਾਰੇ ਕੀ? ਦੇਖੋ ਜੀ ਲੱਖਾਂ ਕਰੋੜਾਂ ਦੀ ਗਿਣਤੀ 'ਚ ਕਿਸਾਨ ਨੇ, ਕਈ ਕਿਸੇ ਪਾਰਟੀ ਨਾਲ, ਉਹ ਹੋ ਸਕਦਾ BJP ਨਾਲ ਸੰਬੰਧਿਤ ਹੋਣ ਜਿਹੜੇ ਉਹਨਾਂ ਦੇ ਬਹਿਕਾਵੇ 'ਚ ਆ ਕੇ ਉਹ ਉਸ ਪਾਸੇ ਨੂੰ ਚੱਲ ਰਹੇ ਨੇ। ਸਾਨੂੰ ਤਾਂ ਨਹੀਂ ਲੱਗਦਾ ਕੋਈ ਜਿਹੜਾ ਕਿਸਾਨ ਆਪਦੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਰਿਹਾ, ਮਜ਼ਦੂਰਾਂ ਦੇ ਭਵਿੱਖ ਬਾਰੇ ਸੋਚ ਰਿਹਾ, ਉਹ ਇਹ ਕੰਮ ਕਰੂਗਾ। ਕਿਉਂਕਿ ਉੱਥੇ ਮਜ਼ਦੂਰੀ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਦੀ ਵੀ ਕੋਈ ਨਹੀਂ ਰਹਿਣੀ ਜੀ, ਉਹ ਵੀ ਬੇਰੁਜ਼ਗਾਰ ਹੋ ਜਾਣਾ ਨੇ। ਮੰਡੀ 'ਚ ਉੱਥੇ ਹੁਣ ਸੈਂਕੜੇ ਮਜ਼ਦੂਰ ਨੇ ਜਿਨ੍ਹਾਂ ਨੇ ਕੰਮ ਕਰਨਾ, ਕਿਸੇ ਨੇ ਭਰਾਈ ਦਾ ਕਰਨਾ, ਕਿਸੇ ਨੇ ਤਰਾਈ ਦਾ ਕਰਨਾ, ਕਿਸੇ ਨੇ ਲਦਾਈ ਦਾ ਕਰਨਾ, ਇਹਦਾ ਗਰੀਬ ਜਿਹੜਾ ਮਜ਼ਦੂਰ ਆ ਉਹਨੂੰ ਵੀ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ। ਅਮਰਗੜ੍ਹ ਦੀਆਂ ਮੰਡੀਆਂ ਦੇ ਕੀ ਕੀ ਪ੍ਰਬੰਧ ਨੇ? ਅਮਰਗੜ੍ਹ ਦੀਆਂ ਮੰਡੀਆਂ 'ਚ ਅਸੀਂ ਅਮਰਗੜ੍ਹ ਵੀ ਪਹਿਲਾਂ ਜਾ ਕੇ ਆਏ ਜੀ, ਉੱਥੇ ਪੂਰਾ ਪ੍ਰਬੰਧ ਹੈ, ਸੈਨੇਟਾਈਜ਼ਰ ਦਾ ਹੈ, ਬਕਾਇਦਾ ਖਾਨੇ ਬਣਾਏ ਗਏ ਨੇ, ਇੱਥੇ ECB ਦੇਖ ਰਹੇ ਹੋ, ਸੇਮ ਪ੍ਰਬੰਧ ਨੇ। ਚੇਅਰਮੈਨ ਸਾਹਿਬ ਨੇ ਆਪਣੇ ਸਾਹਿਬ ਪਰਵਿੰਦਰ ਸਿੰਘ ਜੀ ਉਹਨਾਂ ਨੇ ਸਾਰੇ ਕੀਤੇ ਹੋਏ ਨੇ ਜੀ, ਹਰ ਤਰ੍ਹਾਂ ਦੇ ਪਾਣੀ ਦਾ ਪ੍ਰਬੰਧ, ਬਾਕੀ ਇਹਨਾਂ ਪ੍ਰਬੰਧ ਮਾਰਕੀਟ ਕਮੇਟੀ ਵਾਲਿਆਂ ਨੇ ਆਪਦੇ ਇਸ ਤਰ੍ਹਾਂ ਜਾਰੀ ਰੱਖਣੇ। ਜਗਤਾਰ ਸਿੰਘ ਸਮਰਾ, ਜ਼ਿਲ੍ਹਾ ਪ੍ਰਧਾਨ ਸੰਗਰੂਰ, ਆੜ੍ਹਤੀ ਐਸੋਸੀਏਸ਼ਨ। ਜਿਹੜੀ ਕਣਕ ਦੀ ਖਰੀਦ ਨੂੰ ਲੈ ਕੇ ਆੜ੍ਹਤੀਆਂ ਦੀ ਹੜਤਾਲ ਚੱਲ ਰਹੀ ਸੀ, ਇਹ 5 ਤਰੀਕ ਨੂੰ ਅਸੀਂ ਬਾਘਾ ਪੁਰਾਣਾ ਵਿਖੇ ਰੈਲੀ ਦੇ ਵਿੱਚ ਅਨਾਊਂਸ ਕੀਤੀ ਸੀ ਹੜਤਾਲ, ਵੀ ਸਾਡੀ ਹੜਤਾਲ ਚੱਲੂਗੀ ਲਗਾਤਾਰ। ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਹੈ, ਮੋਦੀ ਸਰਕਾਰ, ਉਹਨੇ ਪਹਿਲਾਂ ਤਾਂ 3 ਕਾਲੇ ਕਾਨੂੰਨ ਲੈ ਕੇ ਆਉਂਦੇ ਨੇਗੇ, ਕਿਸਾਨ ਮਾਰੂ, ਮੰਨ ਲਓ ਉਹ ਵਪਾਰ ਮਾਰੂ ਨੇਗੇ, ਉਹਦੇ ਨਾਲ ਸਾਡੀ ਜਿਹੜੀ ਆੜ੍ਹਤੀਆਂ ਦੀ ਪੇਮੈਂਟ ਤੀ ਅੱਗੇ ਸਾਡੇ ਖਾਤੇ 'ਚ ਆਉਂਦੀ ਸੀ, ਕਿਸਾਨ ਦੇ ਖਾਤੇ 'ਚ ਨਹੀਂ ਆਉਂਦੀ ਸੀ। ਇਹ 2013 ਦੇ ਵਿੱਚ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਹੋਇਆ ਸੀ ਵੀ ਕਿਸਾਨ ਦੀ ਮਰਜ਼ੀ ਹੈ ਚਾਹੇ ਉਹ ਆੜ੍ਹਤੀ ਰਾਹੀਂ ਲੈ ਲਵੇ ਚਾਹੇ ਉਹ ਸਿੱਧੀ ਆਪ ਲੈ ਲਵੇ। ਅੱਜ ਤੱਕ ਕਿਸੇ ਵੀ ਕਿਸਾਨ ਨੇ ਸਿੱਧੀ ਪੇਮੈਂਟ ਦੀ ਮੰਗ ਨਹੀਂ ਕੀਤੀ ਸੀਗੀ। ਕੁਛ ਬੰਦੇ ਕਰ ਰਹੇ ਨੇ, ਉਹ ਖੇਤੀਪੱਤੀ ਨਹੀਂ ਕਰਦੇ, ਪਰ ਉਹ ਮੀਡੀਆ ਦੇ ਕਹਿ ਦਿੰਦੇ ਨੇ ਵੀ ਕਿਸਾਨ ਨੂੰ ਫਸਲ ਦੇ ਸਿੱਧੇ ਪੈਸੇ ਮਿਲਣੇ ਚਾਹੀਦੇ ਨੇ, ਪਰ ਕਿਸਾਨ ਨਹੀਂ ਚਾਹੁੰਦਾ ਸੀਗਾ। ਇਹ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦਾ ਇੱਕ ਗਲਗੁੱਠਾ ਦਿੱਤਾ ਵੀ ਇਹ ਸਿੱਧੀ ਦੇਗੀ ਕਰੋ। ਅਸੀਂ ਹੜਤਾਲ 'ਤੇ ਚਲੇ ਗਏ ਸੀਗੇ, ਸਰਕਾਰ ਨਾਲ ਵਾਰਤਾਲਾਪ ਚੱਲਿਆ, ਤਾਂ ਉੱਥੋਂ ਅਸੀਂ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਬੈਠਾ ਹੈ ਉਹਨਾਂ ਦੇ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੱਲ੍ਹ ਸਾਡੀ ਘੱਟੋ ਘੱਟ 5-7 ਘੰਟੇ ਬਹਿਸਬਾਜ਼ੀ ਚੱਲਣ ਤੋਂ ਬਾਅਦ ਅਸੀਂ ਹੜਤਾਲ ਸਮਾਪਤ ਤਾਂ ਕੀਤੀ ਹੈ ਵੀ ਸਾਡਾ ਕਿਸਾਨ ਨਾਲ 9 ਮਾਸ ਦਾ ਰਿਸ਼ਤਾ ਹੈ, ਵੀ ਇਹਦੇ ਵਿੱਚ ਤਰੇੜ ਨਾ ਆਵੇ। ਜੇ ਕਿਸਾਨ ਨਾਲ ਸਾਡਾ ਕੋਈ ਲੈਣ ਦੇਣਾ ਉਹ ਅਸੀਂ ਆਪੇ ਸਮਝ ਲਵਾਂਗੇ। ਜੋ ਸਾਡੀ ਆੜ੍ਹਤ ਹੈ
वो पंजाब के कैप मुख्यमंत्री कैप्टन अमरिंदर सिंह ने विश्वास दवाया सानू एक साढ़ा 131 करोड़ का मसला तीगा एक एफसी साढ़े 30% लेबर चो पैसे कट दीती वह कहते थोड़े खात्या आजूगा उन्होंने विश्वास दवाते भी थोड़ा जो रुजगार है चलता रहूगा ता ही असी हड़ताल वापस लेंगे। मंडी की बोली बिल्कुल सही हो रही है जी, तो पुख्ता प्रबंध सारे किए गए हैं सरकार वालों, तो साढ़े चेयरमैन साहब पलविंदर सिंह जी वालों उन्होंने सारे इंतजाम किए ने सैनिटाइजर वगैरह तो साफ सफाई का सारा प्रबंध किया गया जी, तो प्रबंध बहुत ही वधिया हो चल रहा तरीके ने चल रहा। कोई मुश्किल का सामना जेकर जेकर कोई मुश्किल का सामना आता तो चेयरमैन साहब ना राबता कर अपने मंडी के प्रधान जी ना राबता किया जाए, अगर कोई प्रॉब्लम आती है तो उन्होंने दसया जाए वो प्रॉब्लम का हल किया जाए।